मैपल लीफ की व्हाइट सीमेंट बेस एचडी पट्टी। जब बेस ही ना हो स्ट्रॉन्ग तो सब कुछ होगा रॉन्ग। ਮੈਂ ਨਾ ਭਾਜੀ ਲੰਡੇ ਦੇ ਕੋਲ ਹੈ ਨਾ ਜਿਸੇ ਲੰਡੇ ਦੇ ਨੇ ਆ ਤੇ ਉਹ ਲੋਕੀ ਕਹਿੰਦੇ ਜਿੰਨਾਂ ਦੀ ਜੇਬਾਂ ਚੋਂ ਨਾ ਡਾਲਰ ਨਿਕਲਦੇ ਕਿਸੇ ਵੇਲੇ ਸਰ ਉਹ ਅਸੀਂ ਪਹਿਲੇ ਨਾ ਚੈੱਕ ਕਰਕੇ ਤੇ ਫੇਰ ਇੱਥੇ ਰੱਖਨੇ ਆ ਤੁਸੀਂ ਜੀ ਡਾਲਰ ਹਾਂਜੀ ਕੋਈ ਡਾਲਰ ਨਿਕਲ ਆਏ ਤਾਂ ਫਿਰ ਅਸੀਂ ਆਪ ਰੱਖ ਲਈਦਾ ਤੇ ਡਾਲਰ ਰੱਖ ਕੇ ਵੀ ਤੁਸੀਂ ਲੰਡੇ ਲਾਇਆ ਭਾਈ ਜਾਨ ਦੇਖੋ ਲੰਡਾ ਤੇ ਅਸੀਂ ਲਾਏ ਲਾਣਾ ਅੱਛਾ ਅੱਛਾ ਇਹ ਦੱਸੋ ਤੁਹਾਨੂੰ ਚਾਹੀਦਾ ਕੀ ਹੈ ਭਾਜੀ ਮੈਂ ਕੋਡ ਦੇਖ ਰਿਹਾ ਕੋਟ ਕੋਡ ਮਸਲਨ ਕਿਹੜਾ ਮੈਂ ਨਾ ਆਪਣੇ ਹਿਸਾਬ ਨਾਲ ਕੋਈ ਡੀਸੈਂਟ ਜਿਹਾ ਕਲਰ ਕੋ ਦੇਖ ਰਿਹਾ ਡੀਸੈਂਟ ਕਲਰ ਜੀ ਜੀ ਇਹ ਕਿੰਨਾ ਪਾਣਾ ਹੈ ਮੈਂ ਆਪਣੀ ਗੱਲ ਕਰ ਰਿਹਾ ਤੁਸੀਂ ਪਾਣਾ ਹੈ ਸੋਬਰ ਜਿਹਾ ਕੋਈ ਡੀਸੈਂਟ ਜਿਹਾ ਕਲਰ ਨਾ ਤੇ ਮੇਰੀ ਸ਼ਖਸੀਅਤ ਦੇ ਹਿਸਾਬ ਨਾਲ ਭੇ ਜਿਹਨੇ ਪਾਣਾ ਨਾ ਸੋਬਰ ਨੇ ਉਹਨੂੰ ਲੈ ਆਉਣਾ ਇੱਥੇ ਮੈਂ ਆਪਣੀ ਗੱਲ ਕਰ ਰਿਹਾ ਅੱਛਾ ਤੁਸੀਂ ਪਾਣਾ ਹੈ ਹਾਂਜੀ ਦੇਖੋ ਨਹੀਂ ਤੇ ਕੀ ਹਿਸਾਬ ਕਿਤਾਬ ਇਹਨਾਂ ਦਾ ਜੀ ਹਿਸਾਬ ਕਿਤਾਬ ਇਹਨਾਂ ਦਾ ਜੀ ਯਾਰ ਵਾਹ ਬੜਾ ਭਾਰਾ ਕੋੜੇ ਕਿਸੇ ਭਲਵਾਨ ਦਾ ਇਹ ਕੋ ਗਿੱਲਾ ਨਹੀਂ ਹੈਗਾ ਅੱਛਾ ਵੈਸੇ ਭਾਰਾ ਕਿਸਰਾ ਹੋ ਗਿਆ ਇਹ ਗਿੱਲਾ ਗਿੱਲਾ ਕਿਉਂ ਹੋਵੇ ਇਹ ਨਾ ਸੇ ਫਰੈਸ਼ ਕੀਤੇ ਨੇ ਤੇ ਧੁੱਪ ਨਹੀਂ ਨਿਕਲੀ ਅੱਛਾ 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 ਜੀ ਇਹ 1000 ਰੁਪਏ ਦਾ ਇੱਕ ਪੀਸ ਹੈਗਾ ਜੀ ਕਿੰਨੇ ਦਾ ਇਹ 1000 ਦਾ ਜੀ ਇਹ ਲਾ ਇਹ ਵਾਲਾ ਤੇ ਇਹ ਬੈਕ ਸਾਈਡ ਤੇ ਸ਼ਾਰਟ ਹੈਗਾ ਨਾ ਜੀ ਜੀ ਕੀ ਸ਼ਾਰਟ ਹੈ ਯਾਰ ਇਹ ਕਿੰਨੇ ਦਾ ਹੈਗਾ ਜੀ ਇਹ ਤੁਹਾਨੂੰ 2000 ਦਾ ਦੇ ਦੇਵਾਂਗੇ ਤੁਸੀਂ ਕੋ ਜਾਣੇ ਪਛਾਣੇ ਲੱਗਦੇ ਹੋ ਮੈਨੂੰ ਇਹ 2000 ਦਾ ਜੀ ਜੀ ਇਹ 1000 ਦਾ ਹਾਂਜੀ ਇਹ ਉਹਦੇ ਨਾਲ ਛੋਟਾ ਭਾਈਰ ਭਾਈ ਜਾਨ ਛੋਟਾ ਗਰਮ ਬੜਾ ਹੈ ਕਿਦਾਂ ਕਰ ਬਤਾੜੇ ਹੱਥੀ ਪੈ ਗਿਆ ਤੁਸੀਂ ਬਰਫਬਾਰੀ ਚ ਵੀ ਪਾ ਸਕਦੇ ਹੋ ਇਹ ਹਾਂ ਅਸੀਂ ਤਾਂ ਕਦੀ ਗਰਮੀ ਦੀ ਬਰਫ ਨਹੀਂ ਲਿਆਂਦੀ ਕਰਦੇ ਅਸੀਂ ਬਰਫਬਾਰੀ ਭਾਈ ਜਾਨ ਹੀਟਰ ਦੀ ਵੀ ਲੋੜ ਕੋਈ ਨਹੀਂ ਜਦੋਂ ਤੁਸੀਂ ਪਾਓਗੇ ਨਾ ਕਮਰੇ ਚ ਇਹ ਨਾ ਤੁਹਾਨੂੰ ਕੰਬਲ ਲੈਣਾ ਪੈਣਾ ਨਾ ਰਜ਼ਾਈ ਅੱਛਾ ਜੀ ਇਹ ਹੀ ਬੜਾ ਕੱਲਾ ਹੀ ਕੱਲਾ ਹੀ ਬੜਾ ਇੱਥੇ ਚਾਹ ਵੀ ਪੱਕ ਜਾਂਦੀ ਚਾਹ ਕਿੱਦਾਂ ਕਿ ਕਰੋ ਬਈ ਮਤਲਬ ਇਹ ਥੱਲੇ ਮੈਂ ਸਿਲੰਡਰ ਲਾਇਆ ਇਹ 2000 ਰੁਪਏ ਦਾ ਨਹੀਂ ਨਾ ਯਾਰ ਇਹਦਾ ਬਹੁਤ ਜ਼ਿਆਦਾ ਮਹਿੰਗਾ ਲੰਡੇ ਜੀ ਵੀ 2000 ਦਾ ਯਾਰ ਓ ਯਾਰ ਲੰਡਾ ਲੰਡਾ ਕਰੀ ਜਾਣਾ ਤੈਨੂੰ ਲੰਡੇ ਜੀ ਤੋਂ ਆਣਾ ਜਿਹੋ ਜਿਹਾ ਤੇਰਾ ਮੂੰਹ ਹੈ ਅੱਧੋ ਵੀ ਯਾਰ ਕੀ ਕਰ ਰਹੇ ਭਾਈ ਜਾਨ ਤੁਸੀਂ ਲੰਡੇ ਹੀ ਆਣਾ ਹੈ ਅੱਛਾ ਅੱਛਾ ਲੰਡੇ ਆਹ ਪਹਿਲਾ ਰਾਮਾ ਤੇ ਤੁਹਾਨੂੰ ਕਿਸੇ ਨੇ ਫੜਨ ਨਹੀਂ ਦੇਣਾ ਤੇ ਵਕੀਲ ਕਦੋਂ ਇਸ ਦੁਕਾਨ ਤੇ ਵੜਨਾ ਹੈ ਮੇਰੇ ਵਰਗੇ ਹੀ ਬੰਦੇ ਆਉਣੇ ਨਹੀਂ ਗੱਲ ਹੀ ਸਮਝੇ ਆ ਤੁਸੀਂ ਕੋਡ ਵੇਖੋ ਜਾਂ ਫਿਰ ਕੋਡ ਅਬਦੁਲ ਮਾਲਕ ਨਿਕਲੋ ਮੇਰਾ ਟਾਈਮ ਤਾਂ ਆ ਨਾ ਕਰੋ ਭਾਈ ਜਾਨ ਤੁਸੀਂ ਕਿਹੜਾ ਕੰਪਿਊਟਰ ਤੇ ਬੈਠੇ ਹੋ ਦੁਕਾਨਦਾਰੀ ਨਹੀਂ ਕਰਨੀ ਭਾਈ ਜਾਨ ਦੁਕਾਨਦਾਰੀ ਹੈ ਸਵੇਰੇ ਸਵੇਰੇ ਜੇ ਪਹਿਲੇ ਗਾਹਕ ਤੁਸੀਂ ਹੋ ਤੁਸੀਂ ਵੇਖ ਹੀ ਜਾ ਰਹੇ ਕੋ ਲਵੋ ਤਾਂ ਸਹੀ ਮੈਂ ਦੇਖ ਰਿਹਾ ਭਾਈ ਨੂੰ ਦੇਖ ਕੇ ਲਵਾਂਗਾ ਜਾਂ ਵੈਸੇ ਤੁਹਾਨੂੰ ਕਹਾਂ ਜੀ 9 ਕੋਡ ਤੋਲ ਦਿਓ ਯਾਰ ਕਮਾਲ ਦੇਖ ਕੇ ਲੈਣਾ ਕੋਡ ਵੇਖੋ ਵੇਖਦੇ ਹੋ ਵੇਖਣ ਤੇ ਦਿਓ ਕਰ ਤੁਸੀਂ ਵੇਖ ਨਹੀਂ ਰਹੇ ਤੁਸੀਂ ਕੁਝ ਲੱਭ ਰਹੇ ਹੋ ਐ ਹੀ ਮਾਲ ਤਾਂ ਅੰਦਰ ਵੀ ਹੈਗਾ ਵੇਖ ਮਾਲ ਅੰਦਰ ਵੀ ਹੈ ਮਾਲ ਬੜਾ ਤੁਹਾਡੇ ਕੋਲ ਅੱਛਾ ਜੀ ਜੀ ਕਿਉਂ ਪਰੇ ਲਾਏ ਹੋ ਜੇਬ ਕਤਰੇ ਹੋ ਕੱਲੇ ਹੀ ਭਾਈ ਸਾਹਿਬ ਸਾਰਾ ਮਾਲ ਸਾਡਾ ਤੁਸੀਂ ਲੈਣਾ ਹੈ ਜੇ ਮੇਰਾ ਟਾਈਮ ਜ਼ਾਇਆ ਕਰਨ ਆਏ ਹੋ ਨਹੀਂ ਉਹ ਪਰੇ ਕਿਉਂ ਲਾਏ ਕੀ ਗੱਲ ਤੁਹਾਡੀ ਬਣਦੀ ਨਹੀਂ ਉਹਨਾਂ ਭਾਈ ਜਾਨ ਹਰ ਵੈਰਾਈਟੀ ਲੈ ਦਾ ਲਾਈ ਹੁੰਦੀ ਏ ਅੱਛਾ ਲੈ ਦਾ ਲਾਈ ਕੋ ਸਮਝ ਆਈ ਉਹ ਕਿਹੜੀ ਵੈਰਾਈਟੀ ਜੀ ਓ ਯਾਰ ਤੂੰ ਭਾਈ ਲੈਣਾ ਕਿ ਦਿਮਾਗ ਖਰਾਬ ਕਰਨਾ ਮੈਂ ਕਿ ਘਰੋਂ ਲੜ ਕੇ ਆਇਆ ਘਰੋਂ ਵੀ ਲੜ ਕੇ ਆਇਆ ਆ ਇਹ ਕਰਦੇ ਹੀ ਹਾਲੇ ਭਾਈ ਹੱਦ ਹੋ ਗਈ ਯਕੀਨ ਕਰੋ ਮੈਂ ਆਪ 2-3 ਵਾਰੀ ਲੜ ਗਿਆ ਅੱਛਾ ਹਾਂ ਛੱਡ ਦਿਓ ਹਾਂ ਦੱਸੋ ਲੈਣਾ ਕੀ ਏ ਤੇ ਇਹ ਜਿਹੜਾ ਕੋ ਓਏ ਹੋਏ ਇਹ ਮੇਰੇ ਖਿਆਲ ਕੋ 4-5 ਬੰਦੇ ਰਲ ਕੇ ਪਾਉਂਦੇ ਹੋਣੇ ਇਹ ਚਸ਼ਮੇ ਤੋਂ ਛੋਟਾ ਹੈ ਹੈ
ਚੈਸਟਰ ਨੇ ਜਿਹੜਾ ਆਹੋ ਉਹਦੇ ਤੋਂ ਛੋਟਾ ਹੈ ਉਹ ਤੋਂ ਕਿੰਨਾ 6 ਮਹੀਨੇ ਛੋਟਾ ਹੈ ਸਾਲ ਛੋਟਾ ਭਾਈ ਜਾਨ ਹੱਦੋਂ ਕੀ ਤੁਹਾਡੀ ਇਹ ਬੱਚਾ ਹੈ ਸਕੂਲੇ ਜਾਂਦਾ ਹੈ ਅੱਛਾ ਜੀ ਇਹ ਕੀ ਉਹ ਲਾ ਲਿਓ ਕੇਲੇ ਲਾਏ ਨੇ ਮੈਂ ਇਹ ਕੀ ਇਹ ਉਹ ਕੀ ਹੈ ਕੋਟ ਨੇ ਜੈਕਟਾਂ ਨੇ ਉਹ ਤੋਂ ਲੈਣਾ ਕੀ ਹੈ ਭਾਈ ਯਾਰ ਤੂੰ ਦੁਕਾਨਦਾਰੀ ਨਹੀਂ ਕਰਨੀ ਤੂੰ ਹੈ ਯਾਰ ਤੂੰ ਲੈਣਾ ਨਹੀਂ ਮੇਰਾ ਦਿਮਾਗ ਖਰਾਬ ਕਰਨ ਦੇ ਯਾਰ ਤੂੰ ਬੜਾ ਇੱਥੇ ਨਾਵਲ ਲਿਖਣ ਦੇ ਆ ਪਹਿਲੇ ਦਿਮਾਗ ਖਰਾਬ ਹੱਦੋਂ ਕੀ ਤੇਰੇ ਲਈ ਐਹੀ ਮਾਲ ਅੰਦਰ ਵੀ ਹੈਗਾ ਔਰ ਪਿਛਲੇ ਅੰਦਰ ਵੀ ਹੈਗਾ ਪਿਛਲੇ ਅੰਦਰ ਕੋ ਰੱਖਿਆ ਤੈਨੂੰ ਚੋਰੀ ਦਾ ਉਹ ਯਾਰ ਸਵੇਰੇ ਸਵੇਰੇ ਕੀ ਮੁਸੀਬਤ ਪਾਤੀ ਮੈਨੂੰ ਆ ਕੇ ਯਾਰ ਖੁਦਾ ਦਾ ਵਾਸਤਾ ਬਾਹਰ ਬਾਹਰ ਕੱਢ ਕੇ ਲਾਓ ਪਿਛਲੇ ਅੰਦਰ ਕੋ ਲਾਇਆ ਉਹ ਨਹੀਂ ਕਰਦਾ ਮੈਂ ਯਾਰ ਤੇਰਾ ਪਿਓ ਦਾ ਮਾਲ ਹੈ ਕਿਉਂ ਵਜਾ ਤੂੰ ਵੇਚਣਾ ਨਹੀਂ ਤੂੰ ਉਹ ਵੇਚਣਾ ਮੈਂ ਪਹਿਲੇ ਇੱਥੇ ਪਸੰਦ ਕਰ ਬਾਹਰ ਕੱਢ ਕੇ ਲਾ ਸਾਰੇ ਯਾਰ ਫਿਰ ਉਹ ਕਾਹਤੋਂ ਬਾਹਰ ਕੱਢਿਆ ਯਾਰ ਦੋ ਕੀ ਯਾਰ ਤੇਰੇ ਕਹਿੰਦੇ ਕੰਮ ਨਹੀਂ ਚੱਲਦਾ ਕਾਰੋਬਾਰ ਬਾਹਰ ਲਿਆ ਕੇ ਲਾਓਗੇ ਤੇ ਫੇਰ ਹੀ ਚੱਲੇਗਾ ਮੈਂ ਆਪਣੇ ਮਾਲਕ ਨੂੰ ਬੁਲਾਇਆ ਨਾ ਤੇ ਬੜਾ ਡਾਡਾ ਹੀ ਅੱਲਾ ਮਾਲਕ ਹੈ ਉਹ ਕੌਣ ਹੈ ਚੱਲ ਮੈਂ ਇਹੀ ਯਾਰ ਮਾਲਕ ਨੂੰ ਬੁਲਾਣਾ ਹੱਦੋਂ ਕੀ ਤੇਰੇ ਵਾਲੀ ਯਾਰ ਲਿਆ ਮਾਲ ਬਾਹਰ ਕੱਢ ਕੇ ਸਾਲਾ ਉਹ ਯਾਰ ਨਹੀਂ ਕਰਦਾ ਮੈਂ ਬਾਹਰ ਤੂੰ ਕਿਉਂ ਨਹੀਂ ਕਰਦਾ ਮਾਲ ਬਾਹਰ ਕੱਢ ਕੇ ਲਿਆ ਕਿਉਂ ਨਹੀਂ ਕਰਦਾ ਯਾਰ ਤੂੰ ਉਹ ਮਾਲਕ ਲੈ ਲਿਆ ਜਰਾ ਬਾਹਰ ਕੱਢ ਕੇ ਲਿਆਵਾਂ ਕਰ ਫੇਰ ਕਿਤੇ ਕੰਮ ਨਹੀਂ ਚੱਲਦਾ ਕੰਮ ਨਹੀਂ ਚੱਲਦਾ ਕੰਮ ਘੱਟਾ ਚੱਲਦਾ ਬਾਹਰ ਕੱਢ ਕੇ ਰੱਖੋਗੇ ਮਾਲ ਤੇ ਫੇਰ ਹੀ ਵਿਕੇਗਾ ਸਾਰਾ ਉਹ ਯਾਰ ਤੂੰ ਅੰਦਰ ਜਾ ਕੇ ਵੇਖ ਲੈ ਜਾ ਕੇ ਵੇਖ ਲੈ ਹੱਦੋਂ ਕੀ ਤੇਰੇ ਵਾਲੀ ਅੱਛਾ ਇਹ ਨਹੀਂ ਸਮਝ ਆਈ ਉਹ ਵੇਖੋ ਨਾ ਵਿਚਾਰੀ ਨਿੱਕੀ ਜੀ ਜੈਕਟ ਹੈ ਛੋਟੀ ਜੀ ਉਹ ਕੱਲੀ ਉੱਤੇ ਟੰਗੀ ਡਰਦੇ ਉੱਤੇ ਤੋੜ ਦੇ ਬਿਲਾ ਰਹੇ ਇਹ ਬੱਚਿਆਂ ਸੇ ਜੇ ਛੋਟੀ ਜੈਕਟ ਹੈ ਨਾ ਹਾਂਜੀ ਤੇ ਕਿਹੜੀ ਜ਼ੁਲਮ ਵਾਲੀ ਗੱਲ ਹੈ ਥੱਲੇ ਲਾਓ ਯਾਰ ਉਹਨੂੰ ਵਿਚਾਰੀ ਨਹੀਂ ਉੱਤੇ ਉੱਤੇ ਰਹਿਣ ਦੇ ਤੁਹਾਨੂੰ ਕੁਝ ਕਹਿਣ ਲਈ ਤੇ ਥੱਲੇ ਰੋਣ ਦੇ ਸੀ ਉੱਤੇ ਕਿਉਂ ਲਾਏ ਭਾਈ ਸਾਹਿਬ ਹਰ ਵੈਰਾਈਟੀ ਤਰੀਕੇ ਨਾਲ ਆਈ ਗਈ ਹੈ ਸੋ ਤਰੀਕੇ ਨਾਲ ਆਈ ਸਮਝ ਆ ਤੁਹਾਨੂੰ ਕੋਈ ਸਹੀ ਬਹੁਤ ਤਰੀਕਾ ਤੁਹਾਡਾ ਹੈ ਹੁਣ ਤੁਹਾਨੂੰ ਅੰਦਰ ਵਹਾ ਦਈਏ ਕੁਝ ਆਓ ਆਓ बड़ा पतला जी शुगर ਭਾਈ ਜਨਾ ਗਰਮੀ ਚ ਵੀ ਚੱਲ ਜਾਂਦਾ ਹੈ ਅੱਛਾ ਜੀ ਗਰਮ ਹੈ ਹਾਂ ਇਹ ਹਾਂ ਗਰਮੀ ਨੇ ਚੱਲ ਜਾਂਦਾ ਜਾਂ ਗਰਮੀ ਨੇ ਚੱਲ ਜਾਂਦਾ ਗਰਮੀਆਂ ਚ ਵੀ ਪਾ ਸਕਦੇ ਹੋ ਅੱਛਾ ਇਹ ਕਹੋ ਨਾ ਮੈਂ ਕਹਿੰਦਾ ਪਤਾ ਨਹੀਂ ਗਰਮੀ ਚ ਵੀ ਚੱਲ ਜਾਂਦਾ ਨਹੀਂ ਉਹ ਕੋਈ ਆ ਉਹਦੇ ਚੱਲ ਜਾਏ ਨਹੀਂ ਕੋੜ ਪੀਤੇ ਵਾਲਾ ਅੱਛਾ ਵਾਹ ਜੀ ਵਾਹ ਨਹੀਂ ਮਾਲ ਤੇ ਤੁਹਾਡੇ ਕੋਲ ਅੱਛਾ ਵਾਦੇ ਹਾਂ ਦੇਖੋ ਹੈ ਜੀ ਹੈ ਕੈਸਾ ਜੀ ਹਾਂ ਨਹੀਂ ਇਹ ਵੀ ਕੋਟ ਠੀਕ ਹੈਗਾ ਇਹ ਮੇਰੇ ਅੱਬਾ ਜੀ ਪਾਉਂਦੇ ਸਨ ਪਹਿਲੇ ਇਹ ਹਾਂ ਜੀ ਅੱਛਾ ਜੀ ਹਾਂ ਫੋਟ ਹੋ ਗਏ ਫਿਰ ਅਸੀਂ ਇੱਥੇ ਲੈ ਆਏ ਓਏ ਹੋਏ ਤੇ ਅੱਬਾ ਵੀ ਇੱਥੇ ਤਾਂ ਫੜਾ ਲੈਣਾ ਸੀ ਇਹਦੇ ਕੋਟਾਂ ਦਾ ਸ਼ੌਕ ਸੀ ਤੁਸੀਂ ਕੁਝ ਲੈਣਾ ਵੀ ਹੈ ਕਿ ਨਹੀਂ ਮੈਂ ਪੈਨ ਅਸਲ 'ਚ ਨਾ ਸਾਹ ਲੈਣਾ ਸੀ ਤੇ ਉਹਦੇ ਬਾਅਦ ਮੈਂ ਤੁਹਾਡਾ ਕਰਨਾ ਗੱਲ ਜਰਾ ਆਖਰੀ ਸਾਹ ਤੁਸੀਂ ਇੱਥੇ ਲੈ ਲਓ ਅੱਛਾ ਜੀ ਤੇ ਆ ਵੀ ਉੱਤੇ ਟੰਗੇ ਨੇ ਯਾਰ ਇੰਨੇ ਬੜੇ ਕੋਟ ਹਾਂ ਜੀ ਇਹ ਵੀ ਕੋਟ ਨੇ ਉੱਤੇ ਕੋਈ ਚਸਟਰ ਨੇ ਬੜੇ ਬੜੇ ਲੰਮੇ ਲੰਮੇ ਕੋਟ ਨੇ ਯਾਰ ਤੇ ਕੋਈ ਲੰਮਾ ਬੰਦਾ ਲੈਣਾ ਸੀ ਤੂੰ ਇੱਥੇ ਕੀ ਲੈਣ ਆਇਆ ਤੇ ਅਮਰੀਕਾ ਤੋਂ ਆਉਂਦਾ ਸਾਰਾ ਮਾਲ ਭਾਜੀ ਜੀ ਅਮਰੀਕਾ ਤੋਂ ਆਉਂਦਾ ਜੀ ਅਮਰੀਕਾ ਤੋਂ ਹਾਂ ਜੀ ਤੁਸੀਂ ਕਦੋਂ ਜਾਂਦੇ ਹੋ ਅਮਰੀਕਾ ਨਹੀਂ ਮਾਲ ਆ ਜਾਂਦਾ ਆਪ ਇੱਥੇ ਆਪ ਹੀ ਹਾਂ ਜੀ ਜਾਦੂਗਰ ਬੰਦਾ ਕੋਈ ਸਰ ਕੰਟੇਨਰ ਵਗੈਰਾ ਸਾਡੇ ਆਉਂਦੇ ਨੇ ਮਾਲ ਦੇ ਕੰਟੇਨਰ ਜੀ ਲੰਡੇ ਦੇ ਹੋਰ ਕਾਦੇ ਉੱਥੇ ਗੰਨੇ ਲੈ ਕੇ ਆਉਂਦੇ ਨੇ ਯਾਰ ਹੋਰ ਮਾਲ ਮੰਗਾ ਲਓ ਤੁਸੀਂ ਲੰਡੇ ਮੰਗਾਈ ਜਾਂਦੇ ਕੰਟੇਨਰ ਯਾਰ ਹੋਰ ਮਾਲ ਮੈਂ ਕੀ ਮੰਗਾਵਾਂ 10000 ਕੋ ਤੇ ਸਬਜ਼ੀ ਮੰਡੀ ਲੈ ਆਵਾਂ ਤੇ ਯਾਰ ਅਮਰੀਕਾ ਤੋਂ ਕੈਮਰੇ ਮੰਗਾਓ ਗੱਡੀਆਂ ਮੰਗਾਓ ਲੰਡੇ ਮੰਗਾਈ ਜਾਂਦੇ ਅੱਛਾ ਕੋਰ ਤੋਂ ਲੈਣਾ ਹੈ 1500 ਵਾਲਾ ਗੱਲਾਂ ਤੋਂ ਵੱਡੀਆਂ ਕਰਨ ਦੇ ਕਿੰਨੇ ਵਾਲਾ 1500 ਵਾਲਾ ਤੁਸੀਂ ਰੇਟ ਵਧਾ ਨਹੀਂ ਦਿੱਤਾ ਅੱਛਾ ਜੀ ਕਿੰਨੇ ਦਾ ਕਹਿਣ ਦੇ ਹੋ 1500 ਦਾ ਕੋਟ ਕੋਟ ਲੈ ਐ ਰਹਿਤ ਤੇਰੀ ਸ਼ਕਲ ਵੇਖ ਕੇ ਰਹਿਤ ਕਰਤੀ ਏ ਕੋ ਜਾ ਮੇਰੇ ਮੂੰਹ ਤੇ ਯਤੀਮ ਲਿਖਿਆ ਕੀ ਯਾਰ ਮਸਕੀਨ ਜਿਹਾ ਤੂੰ ਮੈਨੂੰ ਬੰਦਾ ਲੱਗ ਰਿਹਾ ਗੱਲਾਂ ਤੇ ਬੜੀਆਂ ਕਰਨਾ ਗੱਲਾਂ ਦੇ ਪੈਸੇ ਲੈਣੇ ਭਾਜੀ ਅਸੀਂ ਹਾਂ ਹੁਣ ਕੋਈ ਲੈਣਾ ਹੈ ਅੱਛਾ ਜਿਹੜਾ ਮੈਂ ਕੋਟ ਪਾਇਆ ਦਾ ਜੀ ਆਹੋ ਇਹਦੇ ਨਾਲ ਦਾ ਲੇਡੀਜ਼ ਕੋਟ ਚਾਹੀਦਾ ਮੈਨੂੰ ਇਹਦੇ ਨਾਲ ਦਾ ਇਹਦੇ ਨਾਲ ਦਾ ਮੇਰਾ ਭਰਾ ਲੈ ਕੇ ਗਿਆ ਸੀ ਅੱਛਾ ਤੇ ਹੁਣ ਇਹਦੇ ਨਾਲ ਦਾ ਨਾ ਸਾਨੂੰ ਲੇਡੀਜ਼ ਕੋਟ ਚਾਹੀਦਾ ਤੁਸੀਂ ਇਹੀ ਲੇਡੀਜ਼ ਨੂੰ ਦੇ ਦਿਓ ਹੈ ਇਹੀ ਦੇ ਦਿਓ ਉਹਨੂੰ ਜੋ ਵਜਾ ਉਹਨੂੰ ਲੇਡੀਜ਼ ਦੇਾਂਗੇ ਨਾ ਕੋਟ ਅੱਛਾ ਕੋ ਲੇਡੀਜ਼ ਕਲਰ ਹਾਂ ਇਹਦੇ ਨਾਲ ਨਹੀਂ ਕਲਰ ਨਹੀਂ ਇਹਦੇ ਨਾਲ ਦਾ ਲੇਡੀਜ਼ ਚਾਹੀਦਾ ਇਹਦੇ ਨਾਲ ਦਾ ਹੀ ਜੀ ਉਹ ਕਲਰ ਚੇਂਜ ਲੈ ਜਾਓ ਤੁਸੀਂ ਕੰਟੇਨਰ ਮੰਗਾਉਂਦੇ ਹੋ ਤੁਹਾਡੇ ਕੋਲ ਮਾਲ ਨਹੀਂ ਹੁੰਦਾ ਇੰਨਾ ਭਾਇਰ ਮਾਲ ਬੜਾ ਅੰਦਰ ਪਿਆ ਤੁਹਾਨੂੰ ਮੈਂ ਕਹਿ ਬੈਠਾ ਮੈਨੂੰ ਸਵੇਰੇ ਸਵੇਰੇ ਨਾ ਤੰਗ ਕਰ ਉਹ ਤੇਰੀ ਮਿਹਰਬਾਨੀ ਯਾਰ ਸੌਦਾ ਲੈ ਜਾਂ ਮਗਰੋਂ ਲੈ ਜਾ ਸੌਦਾ ਵੇਚਣਾ ਨਹੀਂ ਮੇਰਾ ਕਹਿਣਾ ਉਹ ਘੱਟਾ ਵੇਚਾ ਯਾਰ ਬਾਹਰ ਕੱਢ ਮਾਲ ਅੰਦਰ ਕਿਉਂ ਰੱਖਿਆ ਯਾਰ ਉਹ ਕੀ ਬਾਹਰ ਕੱਢਾ ਯਾਰ ਕੋਈ ਬੰਦਾ ਅੰਦੇ ਬੜਿਆ ਬਾਹਰ ਕੱਢ ਇੱਕ ਕੋਟ ਲੈਣਾ ਬੰਦੇ ਨੇ ਤੈਨੂੰ ਖਪਾ ਮਾਰਿਆ ਤੂੰ ਸਵੇਰ ਦਾ ਤੂੰ ਮੈਨੂੰ ਖਪਾ ਮਾਰਿਆ ਕੋਟ ਲੈਣ ਆ ਗਿਆ ਕਰੋ ਵੀ ਤੈਨੂੰ ਤਾਂ ਨਹੀਂ ਅੱਛਾ ਲੱਗ ਰਿਹਾ ਬੋਲੇ ਆ ਬਾਹਰ ਬਾਹਰ ਕੱਢ ਕੇ ਮਾਲ
ਤੇਰੇ ਨਾ ਹਾਈ ਕੋਰਟ 'ਚ ਕੋਈ ਕੇਸ ਕਰ ਦਿਆਂਗਾ ਜਦ ਤੂੰ ਕੋਰਟ ਲੈਣ ਆਇਆ ਤੇ ਕਿਉਂ ਨਹੀਂ ਬਾਹਰ ਕੱਢਣ ਦਿਆ ਮਾਲ ਤੂੰ ਵਜਾ ਕੀ ਦਵਾਈ ਲਈ ਭਾਈ ਜਾਨਾ ਸਾਰਾ ਮਾਲ ਹੀ ਟੱਗਿਆ ਖੁਦਾ ਦਾ ਵਾਸਤਾ ਜੇ ਅੰਦਰ ਦੇ ਜੇ ਪੈਕਿੰਗ ਹੋਈ ਪਈ ਏ ਅੰਦਰ ਖਾਤਾ ਬਣਾਇਆ ਤੁਸੀਂ ਕੋਈ ਪੈਕਿੰਗ ਕਿਹੜੀ ਹੋ ਰਹੀ ਕਫੂਰ ਮੈਂ ਬੰਦਾ ਬੁਲਾ ਲਿਆ ਤੇ ਉਹਨੇ ਧੱਕੇ ਮਾਰ ਕੇ ਬਾਹਰ ਕੱਢ ਦੇਣਾ ਲੱਭੀਏ ਬਾਹਰ ਵਾਲਾ ਬੰਦਾ ਧੱਕੇ ਮਾਰਨ ਨਹੀਂ ਰੱਖਿਆ ਭਾਈ ਜਾਨ ਕੀ ਦੇਖੋ ਇਹ ਕਲਰ ਦੇਖੋ ਕੈਸਾ ਬਿਹਤਰੀਨ ਆ ਰਿਹਾ ਦੇਖ ਲਓ ਮੇਰੇ ਹਿਸਾਬ ਨਾਲ ਕੋਈ ਅੱਛਾ ਜਿਹਾ ਕਲਰ ਨਾ ਕੋਈ ਡੀਸੈਂਟ ਜਿਹਾ ਜਿਹੜਾ ਮੈਂ ਪਾਇਆ ਉਹ ਤੇ ਅੱਛਾ ਲੱਗੇ ਗੱਲ ਹੀ ਸਮਝੇ ਯਾਰ ਤੂੰ ਕੁਝ ਵੀ ਪਾ ਲੇਗਾ ਤੈਨੂੰ ਅੱਛਾ ਨਹੀਂ ਲੱਗਣਾ ਤੇਰਾ ਮੂੰਹ ਨਹੀਂ ਅੱਛਾ ਹੈਗਾ ਵਾਕਈ ਅੱਛਾ ਮੂੰਹ ਧੋਣਾ ਹੈਗਾ ਪਾਲਿਸ਼ ਕਰਾਣਾ ਪਹਿਲੇ ਆ ਦੱਸ ਜੇ ਮੈਂ ਕਹਾਂ ਹਾਂ ਤੇਰੇ ਪੱਲੇ ਕੀ ਰਹਿ ਗਿਆ ਤਾਂ ਉੱਡ ਕੇ ਅਗਲੇ ਦੇ ਗੱਲ ਪੈਂਦੇ ਫਿਰ ਕਹਿੰਦੇ ਕੰਮ ਨਹੀਂ ਚੱਲਦਾ ਚਲੋ ਦੇਖ ਲਓ ਤੁਸੀਂ ਭਾਈ ਜਾਨ ਅੱਛਾ ਇਹ ਜਿਹੜਾ ਕੋਟ ਹੈ ਪਿੱਛੇ ਲਾਇਆ ਹੈ ਹਾਂ ਇਹ ਤੂੰ ਮੈਨੂੰ ਪਿੱਛੇ ਲਾਇਆ ਤੇਰੀ ਮਿਹਰਬਾਨੀ ਲੈ ਵਿੱਚੋਂ ਫਾਰਗ ਹੋ ਓਏ ਇਹ ਤਾਂ ਕੀ ਹਿਸਾਬ ਹੈ ਕੋਟ ਦਾ ਇਹ ਤਾਂ ਦੇ ਦੇਵਾਂਗੇ 2500 ਦਾ ਹੈ 2500 ਦਾ ਇਥੋਂ ਖਰਾਬ ਆ ਤਦ ਕਰਕੇ 2500 ਦਾ ਖਰਾਬ ਨਹੀਂ ਇਹ ਡਿਜ਼ਾਈਨ ਹੈ ਹੈ ਇਹ ਡਿਜ਼ਾਈਨ ਹੈ ਭਾਈ ਜਾਨ ਇਹ ਡਿਜ਼ਾਈਨ ਨਾ ਕਿਸੇ ਨੇ ਬਲੇਡ ਨਾਲ ਬਣਾਇਆ ਨਹੀਂ ਕਿਸੇ ਆਸ਼ਿਕ ਦਾ ਕੋਟ ਨਹੀਂ ਹੈਗਾ ਬਲੇਡ ਨਾਲ ਬਣਾਇਆ ਇਹ ਡਿਜ਼ਾਈਨ ਹੈ ਅੱਲਾ ਲਿਓ ਸਾਰਾ ਇੰਜੀ ਡਿਜ਼ਾਈਨ ਨਹੀਂ ਨਹੀਂ ਇਹ ਉੱਤੇ ਹੀ ਹੈ ਬਸ ਬਸ ਹਾਂ ਉਹ ਜਿੱਥੋਂ ਖਰਾਬ ਹੋਇਆ ਥੋੜਾ ਡਿਜ਼ਾਈਨ ਹੋ ਗਿਆ ਯਾਰ ਕੀ ਯਾਰ ਤੂੰ ਕੋਟ ਲੱਭ ਰਿਹਾ ਕਿ ਪੈਸੇ ਲੱਭ ਰਿਹਾ ਅੱਲਾ ਕਰੇ ਅੱਲਾ ਤੇਰੀ ਜ਼ਬਾਨ ਮੁਬਾਰਕ ਕਰੇ ਡਾਲਰ ਨਿਕਲਦੇ ਇਹਨਾਂ ਨੂੰ ਕਦੀ ਹਾਂ ਨਿਕਲਦੇ ਨੇ ਕਈ ਵਾਰੀ ਨਿਕਲੇ ਨੇ ਡਾਲਰ ਡਾਲਰ ਨਿਕਲੇ ਨੇ ਕੋਟਾ ਜੋ ਹਾਂਜੀ ਕਈ ਡਾਇਮੰਡ ਨਿਕਲ ਆਉਂਦੇ ਨੇ ਵਿੱਚੋਂ ਵਿੱਚੋਂ ਹਾਂਜੀ ਤੇ ਦੁਨੀਆ ਨੂੰ ਪਾਗਲ ਬਣਾ ਲਈ ਲੱਡਾ ਲਾਇਆ ਕੋ ਸਟੋਰ ਪਾ ਵੱਡਾ ਇੰਨੇ ਡਾਲਰ ਕੱਢ ਲਏ ਇੰਨੇ ਡਾਇਮੰਡ ਕੱਢ ਲਏ ਵਿੱਚੋਂ ਕੋਈ ਪਸੰਦ ਆਇਆ ਅੱਛਾ ਉਹ ਜਿਹੜਾ ਕੋਟ ਪਿੱਛੇ ਲੱਗਾ ਹੈ ਕਿਹਦੇ ਪਿੱਛੇ ਲੱਗਾ ਹੈ ਉਹ ਕਿੰਨਾ ਕੁ ਪਿੱਛੇ ਲੱਗਾ ਹੈ ਭਾਈ ਉਹ ਚੈਸਟਰ ਹੈ ਹੈ ਚੈਸਟਰ ਹੈ ਮਾਨਚੈਸਟਰ ਨਹੀਂ ਚੈਸਟਰ ਚੈਸਟਰ ਅੱਛਾ ਮੈਂ ਕੋਟ ਸਮਝਿਆ ਉਹ ਚੈਸਟਰ ਹੈ ਲੈਣਾ ਹੈ ਉਹ ਮੈਂ ਲੇਡੀ ਦੇ ਨਾ ਯਾਰ ਤੇਰਾ ਕਬੂਤਰ ਬੈਠਾ ਉੱਤੇ ਹੀ ਵੇਖੀ ਜਾ ਰਿਹਾ ਲੇਡੀ ਦਾ ਕੋਟ ਆ ਲੇਡੀਜ਼ ਵੀ ਹੈ ਜੈਂਟਸ ਵੀ ਹੈ ਸੁਰਖੀ ਤਾਂ ਲੱਗੀ ਨਹੀਂ ਸੁਰਖੀ ਅਖਬਾਰ ਚ ਆਏਗੀ ਸਵੇਰੇ ਜਦੋਂ ਮੈਂ ਤੇਰੀ ਕਿੱਚੀ ਨੱਪੇ ਓਏ ਲੇਡੀਜ਼ ਕੋਟ ਤੈਨੂੰ ਕਿਸੇ ਨੇ ਲੇਡੀਜ਼ ਦਿੱਤੀ ਹੈ ਤੂੰ ਤਾਂ ਕਰ ਜਾਣਾ ਗੱਲ ਦਾ ਗੁੱਸਾ ਤੇ ਕਰਨਾ ਹੀ ਹੈ ਗੁੱਸਾ ਕਰੋ ਵੀ ਜ਼ਲੀਲ ਹੋ ਕੇ ਆਇਆ ਬੁੱਢੀ ਕੋਲ ਇੱਤਰ ਖਾ ਕੇ ਆਇਆ ਉਤੋਂ ਦਿਹਾੜੀ ਕੋਈ ਨਹੀਂ ਲੱਗਣੀ ਤੋ ਤੂੰ ਮੇਰਾ ਦਿਮਾਗ ਖਰਾਬ ਕੀਤਾ ਹੈ ਸ਼ੁਕਰ ਕਰ ਬੁੱਢੀ ਨੇ ਜ਼ਲੀਲ ਕੀਤਾ ਹੀ ਵਰਨਾ ਲੋਕੀ ਤਰਸਦੇ ਰਹੇ ਕਿ ਸਾਡੇ ਕੋ ਜ਼ਲੀਲ ਕਰੇ ਇੱਤਰ ਬੇਰੇ ਸਵੇਰੇ ਸਵੇਰੇ ਕੱਲ ਮੈਂ ਇੱਕ ਬੰਦਾ ਵੇਖਿਆ ਉਹਨੇ ਖੁਸਰੇ ਨੂੰ 1000 ਰੁਪਏ ਦਿੱਤਾ ਕਿ ਮੈਨੂੰ ਜ਼ਲੀਲ ਕਰ ਜ਼ਲੀਲ ਕਰਨ ਵਾਲਾ ਬੰਦਾ ਲੱਭ ਨਹੀਂ ਅੱਜ ਕੱਲ ਆ ਮੇਰੇ ਨਾਲ ਆ ਕੇ ਓ ਯਾਰ ਮੈਂ ਨਹੀਂ ਜਾਣਾ ਜਾ ਆਪੇ ਫਿਰ ਟੁਰ ਕੇ ਨਿਕਲ ਜਾਥੋ ਯਾਰ ਅੱਛਾ ਜੀ ਆ ਕੋਟ ਬਾਜੀ ਜਿਹੜਾ ਤੂੰ ਬੜਾ ਤਗੜਾ ਚੌੜਾ ਕੋਟ ਅੰਡਰਟੇਕਰ ਦਾ ਜੀ ਇਹ ਜਾਰੇ ਦਾ ਕੋਟ ਨਹੀਂ ਹੈਗਾ ਹਾਂ ਬਹੁਤ ਭਾਰਾ ਹੈ ਕਿੰਨਾ ਕੁ ਭਾਰਾ ਹੈ ਇਹ ਮਾਲ ਸਾਰਾ ਬਾਹਰੋਂ ਹੀ ਆਉਂਦਾ ਹੈ ਭਾਊ ਜੀ ਅੱਛਾ ਜਿਹੜੇ ਘਰ ਲਿਆ ਨਾ ਉਹ ਵੀ ਕੁੱਬੰਦਾ ਕਹਿੰਦਾ ਜੀ ਭਾਈ ਤੁਹਾਡੇ ਤੋਂ ਭਾਰਾ ਹੈ ਭਾਰੀਆਂ ਵੀ ਚੀਜ਼ਾਂ ਹੁੰਦੀਆਂ ਭਾਜੀ ਨਹੀਂ ਅਸੀਂ ਕੋਟ ਤੋਂ ਬਾਹਰ ਕਰਵਾਇਆ ਨਹੀਂ ਕਹਿੰਦੇ ਨਾ ਭਾਰਾ ਕੋਟ ਕੀ ਭਾਰਾ ਹੈ ਨਹੀਂ ਇਹ ਸਾਡੇ ਸਾਈਜ਼ ਦਾ ਨਹੀਂਗਾ ਹੈਨਾ ਨਹੀਂ ਤੁਹਾਡੇ ਸਾਈਜ਼ ਦਾ ਹੀ ਹੈ ਮੇਰੀ ਜਿੰਨੇ ਜਿੰਨੇ ਮੇਰੇ ਭਰਾ ਨੇ ਤੇ ਜਿੰਨੇ ਚੋ ਭਰਾਵਾਂ ਨੇ ਇਕੱਠਾ ਪਾਲਣਾ ਭਰਾ ਕਿੱਡੇ ਕਿੱਡੇ ਛੋਟੇ ਛੋਟੇ ਐਡੇ ਐਡੇ ਭਰਾ ਨੇ ਐਡੇ ਦੀ ਮਤਲਬ ਠੀਪੇ ਨੇ ਮੇਰੇ ਭਰਾ ਅੱਛਾ ਬਾਊ ਜੀ ਵੇਖੋ ਅੱਛਾ ਤੁਸੀਂ ਰੇਟ ਘਟਾਉਂਦੇ ਬਣਾਉਂਦੇ ਨਹੀਂ ਫਿਕਸ ਰੇਟ ਹੈ ਤੁਸੀਂ ਭਾ ਕਰੋਗੇ ਤਾਂ ਘਟਾਵਾਂਗੇ ਚਲੋ ਇਹਦਾ ਕੀ ਲੈਣਾ ਜੇ ਛੋਡੋ ਪਰੇ ਇੱਕੋ ਗੱਲ ਕਰੀਏ ਤੁਹਾਡੇ ਨਾਲ ਇਹ ਦੋ ਤਿੰਨ ਕਰ ਲੈ ਮੈਂ ਵੇਲੇ ਹੀ ਮੈਂ ਕਿਹੜਾ ਜਾਣਾ ਹਾਂ 1200 ਰੁਪਏ ਦੇ ਦੇ ਕਿੰਨਾ ਜੀ 1200 ਦਵਾਈ ਲੈਣੀ ਤੁਸੀਂ ਅੱਜ 200 ਤੇ ਕਾਹਦਾ ਪਾ ਲਿਆ ਚਲੋ 1000 ਦੇ ਦਿਓ ਤੁਸੀਂ ਆਪੇ ਘਟਾਤਾ ਦੋ ਯਾਰ ਮੈਂ ਤੈਨੂੰ ਜੰਮਿਆ ਤੈਨੂੰ ਕਾਹਦਾ ਉਧਾਰ ਦੇ ਦਿਆਂ ਫਟਾਫਟ ਭਾਈ ਜਾਨ ਕੋਟ ਲੈਣ ਆਏ ਹੋ ਤੇ ਪੈਸੇ ਨਾਲ ਹੀ ਲੈਣਾ ਜਣਾ ਤੇ ਮੈਂ ਕੋਟ ਲਿਆ ਕੋਈ ਹਲੇ ਚਲੋ ਦੇਖ ਲਓ ਮੈਂ ਚੱਲ ਕੋਟ ਵੇਖਣ ਦੇ ਤੂੰ ਨਾ ਕੁਝ ਕੋਟਾਂ 'ਚ ਲੱਭਣ ਆਇਆ ਹੈ ਕੁਛ ਲੱਭਣ ਆਇਆ ਇਹਨਾਂ 'ਚੋਂ ਕੋਟਾਂ 'ਚ ਕਿਹੜਾ ਡਰਾਈ ਫਰੂਟ ਰੱਖਿਆ ਤੁਸੀਂ ਲੱਭਣ ਆਇਆ ਜੇਬਾਂ ਕੋਈ ਸਥਿਤੀਆਂ ਇਹਨਾਂ ਦੀਆਂ ਕੋਈ ਮਤਲਬ ਕਿ ਖਾਤਰੇ ਇਹਦੇ 'ਚ ਭਾਈ ਜਾਨ ਉਹ ਅਸਲ 'ਚ ਜੇਬ ਸਥਿਤੀ ਨਹੀਂ ਹੋਈ ਤੁਹਾਡਾ ਹੱਥ ਨਹੀਂ ਪੈ ਰਿਹਾ ਮੇਰਾ ਬੜੀ ਦੇਰ ਹੋ ਗਈ ਕਿਤੇ ਵੀ ਹੱਥ ਨਹੀਂ ਪੈ ਰਿਹਾ ਯਾਰ ਮੈਂ ਜਿਹੜਾ ਵੀ ਕੰਮ ਕਰ ਰਿਹਾ ਨਾ ਮੇਰਾ ਹੱਥ ਹੀ ਨਹੀਂ ਪਿਆ ਤੂੰ ਬੰਦੇ ਦੇ ਪੁੱਤਰ ਵਾਲਾ ਕੰਮ ਕਰਨਾ ਤੁਹਾਡੇ ਦੇ ਜਗ੍ਹਾ ਕੋਈ ਐਸਾ ਕੰਮ ਹਾਂ ਕੋਟ ਪਸੰਦ ਆਇਆ ਜੇ ਕੋਟ ਤਾਂ ਮੈਨੂੰ ਪਸੰਦ ਹੈ ਠੀਕ ਹੈ ਲੇਕਿਨ ਮੈਂ ਲੈਣਾ ਨਹੀਂ ਵਜਾ ਨਹੀਂ ਦਿਲ ਕਰ ਰਿਹਾ ਮੇਰਾ ਉਹ ਬਾਊ ਜੀ ਕੁਛ ਲੈਣਾ ਵੀ ਜੇ ਕਿ ਨਹੀਂ ਅੱਗੇ ਹਾਲੇ ਦੇਖ ਕੇ ਲੈਣ ਦੇ ਕੋਟ ਯਾਰ ਇੰਨਾ ਮਾਲ ਲਾ ਲਿਆ ਹਿਸਾਬ ਨਾਲ ਮਾਲ ਲਾਈਦਾ ਹੁੰਦਾ ਬੰਦਾ ਫਟਾਫਟ ਵੇਖ ਕੇ ਤੇ ਚਲਾ ਜੀ ਹੁਣ ਏਡੀ ਵੱਡੀ ਦੁਕਾਨ ਟਾਈਮ ਤਾਂ ਲੱਗਦਾ ਦੇਖੋ ਦੇਖ ਲਿਆ ਜੀ ਤੁਸੀਂ ਵੀ ਨਾਲ ਵੇਖੋ ਆਉਂਦੇ ਹੋ ਤੁਸੀਂ ਇਹ ਦੇਖੋ ਲੈ ਜਾਓ ਭਰਜਾਈ ਐਸੇ ਬੜਾ ਹਿਟਲਰ ਟਾਈਪ ਕੋਟ ਉਹ ਪਾ ਕੇ ਮੈਨੂੰ ਚਪੇੜਾ ਮਾਰੇ ਕੌਣ ਤੋਂ ਮੇਰਾ ਅੱਗੇ ਬੜੀ ਦੇਰ ਤਾਂ ਫੁੱਲ ਸੁੱਟਦੀ ਹੋਣੀ ਤੁਸੀਂ ਤਾਂ ਗੱਲ ਨੂੰ ਮਜ਼ਾਕ 'ਚ ਪਾ ਰਹੇ ਹੋ ਮੈਂ ਅਸਲ 'ਚ ਨਾ ਬਹਿਸ ਕਰਨਾ ਨਹੀਂ ਚਾਹੁੰਦਾ ਆ ਜਾਓ ਇਹ ਪਰਲਾ ਵੇਖ ਲਓ
चलो देखो मकाओ यार और कस्टमर भी खड़े ने भाई ओए दीदी बाकी कस्टमर भी खड़े ने साडे जदों आया ना अल्हम्दुलिल्लाह कस्टमर नहीं आया तेरे यार तो कुछ ऐसा तेरा अखलाक अच्छा तेरा चलो देखो हाँ लो जी आया जरा कोड है कुछ समझ आया जी अच्छा जी वाह चलो शुक्र है मेरे अल्लाह ते ए लाओ थे समझ आया अच्छा सीता है हैं लेना की जे हैं कुछ सौदा लेना कोई सौदा तो मैं इसको निकल के लेना रात को दुकान नहीं यार मैं तो कुछ तो चीज लेनी हूँ जैकेट कोट कुछ क्या लेनी हूँ हाँ वो तो खैर मैं यार तो कदों लेनी हूँ कि संच लेनी हूँ जल्दी इंशाल्लाह हालात ठीक हो जाएंगे अल्लाह बेहतर करेगा ले लेंगे चीज़ा भी इंशाल्लाह चीज़ा लेनी ऐसा की लेना जी यार तू हर बारी कहने ऐसा की लेना जी जी तू ना अल्लाह दी राह दे ले मेरी जान छोड़ दे जा अल्लाह दी राह दे ले जा ले जा इधर तो फटाफट ही मान गया ना सही नहीं होना ऐ निकी ऐ हाँ जी अच्छा कोड है हैं ये बल्कि रहने दे परसों मैं एक शादी तो पा के जाना है शादी तो मार पे नहीं था तुझे क्यों और भेज लो लिया कुछ ईद भी लिया देती है रंग ही ऐसा सर कलर बड़ा अच्छा है ये हर बंदे की पसंद है कलर ये लगता है इतना बने है नवा कोट लगा ਕੋਟ ਅਬਦੁਲ ਮਾਲਕ ਲੱਗਾ ਉਧਰ ਹਾਂ ਏਡੀ ਵੱਡੀ ਦੁਕਾਨ ਹੈ ਉਹ ਭਾਈ ਸਾਹਿਬ ਕੋਟ ਹੀ ਨੇ ਔਰ ਮੈਂ ਕੇਲੇ ਟੰਗੇ ਨੇ ਉਥੇ ਉਹ ਸਾਹਮਣੇ ਹਾਂ ਤੇਰੀ ਮਿਹਰਬਾਨੀ ਮੇਰੀ ਜਾਨ ਛੱਡ ਦੇ ਯਾਰ ਜਾ ਹੈ ਕਸਮ ਅੱਲਾ ਜਾ ਬਹੁਤ ਬੁਰਾ ਲੱਗਣ ਲੱਗ ਪਿਆ ਮਨ ਚਲਾ ਜਾ ਚੁੱਪ ਕਰਕੇ ਤੂੰ ਪਹਿਲੇ ਕਦੋਂ ਤੂੰ ਮੇਰੀਆਂ ਚੁੰਮੀਆਂ ਲੈਣ ਦਿਆ ਸੀ ਮੈਨੂੰ ਤੈਨੂੰ ਬੁਰਾ ਲੱਗ ਰਿਹਾ ਮੈਂ ਚੁੰਮੀ ਲੈ ਕੇ ਆਪਣੇ ਬੁੱਲ ਸਾਲ ਨੇ ਇੰਨੀ ਗੱਲ ਹੈ ਹੱਦ ਹੋ ਗਈ ਤੇਰਾ ਨਹੀਂ ਕੰਮ ਚੱਲਣਾ ਤੇਰਾ ਖਲਾਕ ਅੱਛਾ ਨਹੀਂ ਗਾ ਯਾਰ ਕਿਸ ਕਿਸਮ ਦਾ ਨਹਿਸ਼ ਆਦਮੀ ਹੈ ਤੂੰ ਕੌਣ ਕੰਮ ਨਹੀਂ ਚੱਲਣਾ ਤੂੰ ਆਪਣੇ ਹਿਸਾਬ ਲਾਈ ਜਾ ਰਿਹਾ ਮੈਂ ਨਹਿਸ਼ ਕੱਲ ਮੇਰੀ ਕਮੇਟੀ ਨਿਕਲੀ ਤੈਨੂੰ ਪਤਾ ਰਾਤ ਹੋ ਗਈ ਕਿਹੜੀ ਕਮੇਟੀ ਨਿਕਲੀ ਤੇਰੀ ਨਹਿਸ਼ ਤੇਰੀ ਕਮੇਟੀ ਪਵਾਈ ਕਿਨੇ ਸੀ ਉਹ ਬੰਦਾ ਤੇਰੇ ਮੂੰਹ ਤੇ ਕਰਾਵਾਂ ਫਿਰ ਹਾਂ ਉਹ ਬੰਦਾ ਮੂੰਹ ਤੇ ਕਰਾਵਾਂ ਕਰ ਦੁਕਾਨ ਬੰਦ ਕਰ ਚੱਲ ਮੇਰੇ ਨਾਲ ਮੈਂ ਪਾਗਲ ਆ ਦੁਕਾਨ ਬੰਦ ਕਰਾ ਜਾਵਾਂ ਮੈਨੂੰ ਇਸ ਦਿਹਾੜੀ ਦਾ ਮਸਲਾ ਮੇਰੀ ਦਾ ਲੈਣਾ ਤੂੰ ਦਿਹਾੜੀ ਹੈ ਤੇ ਬਹਿਸ ਤੂੰ ਅੱਜ ਕਰਨਾ ਜਿਵੇਂ ਨਾਜ਼ਮ ਹੈ ਤੂੰ ਇੱਥੇ ਓਏ ਯਾਰ ਦੇਖ ਤੇਰੀ ਮਿਹਰਬਾਨੀ ਯਾਰ ਕੰਮ ਮੁਕਾ ਪਾਉ ਤੂੰ ਦਿਹਾੜੀ ਲੈ ਚੁੱਪ ਕਰਕੇ ਆਪਣੀ ਮੇਰੇ ਕੋਲ ਲਾ ਲੈ ਦਿਹਾੜੀ ਲੱਗਾ ਰਹਿ ਮੇਰੇ ਨਾਲ ਤੂੰ ਦਿਹਾੜੀ ਕਿਥੋਂ ਦੇਣੀ ਹੈ ਤੂੰ ਮੈਨੂੰ ਘੰਟੇ ਤੋਂ ਖੱਜਲ ਕਰਨ ਦੇ ਆ ਖੱਜਲ ਮੈਂ ਤੈਨੂੰ ਕੀ ਕਰਤਾ ਜੀ ਉਹ ਜੇਬ 'ਚ ਪੈਸੇ ਵੀ ਆਏ ਕਿ ਐਵੇਂ ਨਿਕਲ ਆਇਆ ਬਹਿਸ ਤੂੰ ਮੇਰੇ ਨਾਲ ਨਹੀਂ ਕਰਨਾ ਜਿਵੇਂ ਸਾਂਢੂ ਤੂੰ ਮੇਰਾ ਹਾਂ ਯਾਰ ਚੱਲ ਤੇਰੀ ਮਿਹਰਬਾਨੀ ਜਾ ਮੇਰੀ ਰਿਸ਼ਤੇਦਾਰੀ ਨਾ ਬਣਾ ਰਿਸ਼ਤੇਦਾਰੀ ਨਾ ਬਣਾ ਅਰੇ ਕਿਹੜੀ ਬੁਲਾਦਰੀ ਨਾਲ ਤੱਲਕ ਤੇਰਾ ਉਹ ਆ ਬੜਾ ਕੁੰਗੜਿਆ ਇਹਨੂੰ ਕੀ ਗੱਲ ਬਿਮਾਰ ਹੈ ਨਹੀਂ ਹੈ ਜੀ ਜਨਾਬ ਪ੍ਰੈਸ ਕੀਤਾ ਹੈ ਹਾਲੇ ਪ੍ਰੈਸ ਕੀਤਾ ਤੇ ਹਾਲ ਇਹਦਾ ਇਹਦੇ ਨਾਲ ਦਾ ਲੇਡੀਜ਼ ਕੋਟ ਨਹੀਂ ਹੈਗਾ ਫਿਰ ਸਾਡੀ ਓ ਯਾਰ ਕਿਹੜਾ ਲੇਡੀਜ਼ ਕੋਟ ਬਾਹਰ ਬਾਹਰ ਤੋਂ ਕਹੀ ਜਾਣਾ ਹੈ ਇਹਦੇ ਨਾਲ ਤਾਂ ਇਹੀ ਪਵਾ ਦੇ ਉਹਨੂੰ ਜਾ ਕੇ ਕੋਟ ਨਹੀਂ ਤੁਹਾਡੇ ਕੋਲ ਉਹਦੇ ਨਾਲ ਆ ਸਾਰੇ ਕੋਟ ਹੀ ਨੇ ਆ ਜੈਕਟਾਂ ਨੇ ਇਹਦੇ ਨਾਲ ਤਾਂ ਕੋਈ ਨਹੀਂ ਹੈਗਾ ਆ ਜਾ ਮੇਰੀ ਜਾਨ ਛੱਡ ਯਾਰ ਜਾ ਤੇਰੀ ਮਿਹਰਬਾਨੀ ਜਾ ਸ਼ਾਬਾਸ਼ ਇਹਦੇ ਨਹੀਂ ਕੰਮ ਚੱਲਦੇ ਹੁੰਦੇ ਆ ਜਾ ਯਾਰ ਤੇਰੀ ਮਿਹਰਬਾਨੀ ਮੈਨੂੰ ਤੇਰਾ ਮੂੰਹ ਵੇਖ ਕੇ ਆਸਾ ਆ ਜਾਂਦਾ ਯਾਰ ਵਜਾ ਜਾ ਮੇਰੇ ਮੂੰਹ ਤੇ ਗੀਲਾ ਬਣਿਆ ਕਿਉਂ ਆਸਾ ਇਹਨੂੰ ਯਾਰ ਕਿਹੜੇ ਮੂੰਹ ਨਾਲ ਫਿਰਨ ਰਿਹਾ ਤੇਰੀ ਮਿਹਰਬਾਨੀ ਯਾਰ ਉਤੋਂ ਐਨਕ ਵੀ ਲਾਈ ਤੂੰ ਲੱਗਦਾ ਸ਼ੋਕੇ ਚ ਕੂੜਾ ਪਿਆ ਹੋਰ ਮੂੰਹ ਤੇ ਬਿੱਲੀ ਲਾ ਲਵਾਂ ਕੀ ਲਾਵਾਂ ਦੱਸ ਮੈਨੂੰ ਐਨਕ ਲਾਈ ਦੀ ਮੂੰਹ ਤੇ ਐਨਕ ਨਾ ਲਾ ਲਓ ਰੇੜੀ ਲਾ ਲੈਂਦਾ ਕਿਤੇ ਲਾ ਲਾਂਗਾ ਮੈਂ ਉਹ ਜਾ ਯਾਰ ਤੇਰੀ ਮਿਹਰਬਾਨੀ ਤੇਰੇ ਕਹਾਂ ਤੇ ਲਾਣੀ ਮੈਂ ਰੇੜੀ ਸ਼ਾਬਾਸ਼ ਦਿਮਾਗ ਨਾ ਖਾ ਮੇਰਾ ਤੇਰੇ ਕੋਲ ਹੈ ਨਹੀਂ ਗੱਲਾਂ ਨੂੰ ਕਰੀ ਜਾਂਦਾ ਇਹ ਸਮਾਨ ਨਹੀਂ ਤੇ ਹੋਰ ਕੀ ਏ ਇਹਦੇ ਨਾਲ ਦਾ ਲੇਡੀਜ਼ ਕੋਟ ਕਿੱਥੇ ਯਾਰ ਮੈਂ ਲਾ ਲਿਆ ਤੇਰੀ ਲੇਡੀਜ਼ ਦਾ ਕੋਟ ਮੈਂ ਲਾ ਕੇ ਲੈ ਆਇਆ ਉਹਦਾ ਮੈਂ ਨਹੀਂ ਪੁੱਛੀ ਜਾਣਾ ਇਹਦੇ ਨਾਲ ਦਾ ਕਿੱਥੇ ਅੰਦਰ ਮਾਲ ਲੱਗਿਆ ਸਰ ਬਾਹਰ ਕੱਢ ਮਾਲ ਯਾਰ ਤੇਰੀ ਮਿਹਰਬਾਨੀ ਜਾ ਯਾਰ
ਅਜੇ ਮੈਂ ਤੇਰੇ ਪੈਰਾਂ ਨੂੰ ਹੱਥ ਲਾਣਾ ਚਾਹ ਜਾ ਤੇਰੇ ਪੈਰਾਂ ਨੂੰ ਹੱਥ ਲਾਈਏ ਨਾ ਵਜਾ ਓਏ ਮਗਰੋਂ ਲੈ ਕੋਈ ਹੋਰ ਗਾਹ ਕਾਣ ਦੇ ਏਡਾ ਤੂੰ ਮੇਰਾ ਮਰੀਦ ਪੈਰਾਂ ਨੂੰ ਹੱਥ ਲਾਉਣ ਦੇ ਜਾ ਯਾ ਦਿਮਾਗ ਰੱਖਾ ਮੇਰਾ ਜਾ ਸ਼ਾਬਾਸ ਅੱਛਾ ਜੀ ਇਹ ਜਿਹੜਾ ਕੋਟ ਇਹ ਗੁਜਰੇਲੇ ਦਾ ਬਣਿਆ ਜੀ ਨਹੀਂ ਲੇਲੇ ਦਾ ਬਣਿਆ ਹਾਂ ਨਿਕਲ ਜਾ ਇੱਥੋਂ ਚੱਲ ਦਿਮਾਗ ਖਰਾਬ ਕਰਦਾ ਮੇਰਾ ਮਰ ਕੇ ਇੰਜ ਨਹੀਂ ਕੰਮ ਚੱਲਦੇ ਹੁੰਦੇ ਓਏ ਚੱਲਦਾ ਲਾ ਚੱਲੇ ਚਲੋ ਦਬਾਰ ਕਿਸ ਕਿਸਮ ਦਾ ਕਸਟਮਰ ਆ ਗਿਆ ਤੂੰ ਤਮੀਜ਼ ਨਹੀਂ ਹੈਗੀ ਤੈਨੂੰ ਖਰੀਦਣ ਦੀ ਕਿਹੋ ਜਿਹਾ ਕਸਟਮਰ ਆਇਆ ਯਾਰ